ਕੀ ਅਸੀਂ ਪਰੰਪਰਾਵਾਂ ਦੇ ਸਿੱਖ ਹਾਂ ਕਿ ਗੁਰੂ ਦੇ? ਕਿ ਵਾਹਿਗੁਰੂ ਲਫ਼ਜ਼ ਕਿਸੇ ਵੀ ਗੁਰੂ ਨੇ ਗੁਰਬਾਣੀ ਵਿੱਚ ਇਸਤੇਮਾਲ ਕੀਤਾ ਹੈ? ਕਿ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਕਹਿਣਾ ਠੀਕ ਹੈ? ਜੇ ਨਹੀਂ ਤਾਂ ਜਦੋਂ ਇੱਕ ਸਿੱਖ ਦੂਸਰੇ ਸਿੱਖ ਨੂੰ ਮਿਲੇ ਤਾਂ ਕੀ ਕਹੇ? ਆਓ ਅੱਜ ਅਸੀਂ ਇਹਨਾਂ ਕੁਝ ਸਵਾਲਾਂ ਦੇ ਬਾਰੇ ਗੰਭੀਰਤਾ ਦੇ ਨਾਲ ਵਿਚਾਰ ਕਰੀਏ। ਅਸੀਂ ਆਪਣੀਆਂ ਪਰੰਪਰਾਵਾਂ ਦੇ ਨਾਲ ਬਹੁਤ ਹੀ ਜੁੜੇ ਹੋਏ ਹਾਂ, ਭਾਵੇਂ ਉਹ ਗੁਰਮਤਿ ਦੇ ਉਲਟ ਹੀ ਕਿਉਂ ਨਾ ਹੋਣ। ਅਤੇ ਜਦੋਂ ਅਸੀਂ ਪਰੰਪਰਾਵਾਂ ਦੀ ਗੱਲ ਕਰਦੇ ਹਾਂ ਤਾਂ ਸਿੱਖ ਜਿਹੜੇ ਨੇ ਬਹੁਤ ਜ਼ਿਆਦਾ ਇਮੋਸ਼ਨਲ ਹੋ ਜਾਂਦੇ ਨੇ, ਬਹੁਤ ਭਾਵੁਕ ਹੋ ਜਾਂਦੇ ਨੇ ਕਿ ਇਹ ਤਾਂ ਸਦੀਆਂ ਤੋਂ ਪਰੰਪਰਾ ਚੱਲ ਰਹੀ ਹੈ, ਤੁਸੀਂ ਇਹਦੇ ਖਿਲਾਫ ਕਿੱਦਾਂ ਬੋਲ ਸਕਦੇ ਹੋ? ਆਓ ਅਸੀਂ ਅੱਜ ਖੁੱਲ੍ਹੇ ਦਿਮਾਗ ਦੇ ਨਾਲ ਇਹ ਵਿਚਾਰ ਕਰੀਏ ਕਿ ਜਿਹੜੀਆਂ ਸਾਡੀਆਂ ਪਰੰਪਰਾਵਾਂ ਚੱਲ ਰਹੀਆਂ ਨੇ ਉਹ ਗੁਰਮਤਿ ਦੇ ਮੁਤਾਬਕ ਠੀਕ ਹੈ ਕਿ ਨਹੀਂ ਹੈ। ਮੈਂ ਦੋ ਤਿੰਨ ਐਗਜ਼ਾਮਪਲਸ ਦਿੰਦਾ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਉਤਸਵ, ਜੇ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੈਬਸਾਈਟ 'ਤੇ ਜਾਈਏ ਤਾਂ ਉਹ ਪਹਿਲੀ ਵਿਸਾਖ 15 ਅਪ੍ਰੈਲ ਦਾ ਹੈ, ਅਤੇ ਜੇ ਮੂਲ ਨਾਨਕ ਸ਼ਾਹ ਕੈਲੰਡਰ ਨੂੰ ਦੇਖੀਏ ਤਾਂ ਉਹ ਹੀ 1 ਵਿਸਾਖ 14 ਅਪ੍ਰੈਲ ਦਾ ਹੈ, ਪਰ ਮਨਾਇਆ ਜਾਂਦਾ ਹੈ ਕੱਤਕ ਦੀ ਪੂਰਨਮਾਸ਼ੀ ਨੂੰ। ਜੇ ਇਹ ਪੁੱਛੀਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਤਾਂ ਜਵਾਬ ਮਿਲਦਾ ਕਿ ਇਹ ਪਰੰਪਰਾ ਚੱਲ ਰਹੀ ਹੈ। ਔਰਤਾਂ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸੇਵਾ ਕਰਨ ਦਾ, ਕੀਰਤਨ ਕਰਨ ਦਾ ਦੀ ਮਨਾਹੀ ਹੈ, ਜਦਕਿ ਗੁਰੂ ਸਾਹਿਬਾਂ ਨੇ, ਔਰ ਅਸੀਂ ਬੜੇ ਜ਼ੋਰਾਂ ਸ਼ੋਰਾਂ ਦੇ ਨਾਲ ਕਹਿੰਦੇ ਹਾਂ ਕਿ ਗੁਰੂ ਸਾਹਿਬਾਂ ਨੇ ਔਰਤਾਂ ਨੂੰ ਬਰਾਬਰ ਦਾ ਦਰਜਾ ਦਿੱਤਾ ਹੈ, ਭੰਡ ਜੰਮੀਏ ਭੰਡ ਨਮੀਏ ਭੰਡ ਮੰਗਣ ਵਿਆਹ, ਭੰਡੋ ਹੋਵੇ ਦੋਤੀ ਭੰਡੋ ਚੱਲੇ ਰਹਾ, ਭੰਡ ਪੂਆ ਭੰਡ ਪਾਲੀਏ ਭੰਡ ਹੋਵੇ ਬੰਧਾਨ, ਸੋ ਕਿਉਂ ਮੰਦਾ ਆਖੀਐ ਜਿੱਥੇ ਜਮੇ ਰਾਜਾਨ। ਪਰ ਜਦੋਂ ਉੱਥੇ ਜਾ ਕੇ ਪੁੱਛੀਏ ਤਾਂ ਜਵਾਬ ਇਹ ਮਿਲਦਾ ਆ ਕਿ ਇਹ ਪਰੰਪਰਾ ਚੱਲ ਰਹੀ ਹੈ। ਕਿ ਇਹ ਪਰੰਪਰਾਵਾਂ ਗੁਰਮਤਿ ਦੇ ਮੁਤਾਬਕ ਨੇ? ਜੇ ਗੁਰਮਤਿ ਦੇ ਮੁਤਾਬਕ ਨਹੀਂ ਹੈ ਤਾਂ ਇਹਨਾਂ ਨੂੰ ਕਿਉਂ ਨਹੀਂ ਬਦਲਿਆ ਜਾ ਸਕਦਾ? ਗੁਰੂ ਨਾਨਕ ਪਾਤਸ਼ਾਹ ਜਿੱਥੇ ਵੀ ਗਏ ਨੇ ਉਹਨਾਂ ਨੇ ਉਸ ਵਕਤ ਦੀਆਂ ਪਰੰਪਰਾਵਾਂ ਨੂੰ ਤਰਕ ਦੇ ਨਾਲ ਖੰਡਨ ਕੀਤਾ ਔਰ ਆਪਣੀ ਫਿਲੋਸਫੀ ਦਿੱਤੀ ਹੈ। ਫਿਰ ਮੈਂ ਉਦਾਹਰਣ ਦੇ ਤੌਰ 'ਤੇ ਇੱਕ ਦੋ ਗੱਲਾਂ ਦੱਸ ਦਿਆਂ। ਗੁਰੂ ਨਾਨਕ ਪਾਤਸ਼ਾਹ ਨੇ ਜਨੇਊ ਨਹੀਂ ਪਾਇਆ, ਉਸ ਪਰੰਪਰਾ ਦਾ ਖੰਡਨ ਕੀਤਾ ਔਰ ਆਪਣੇ ਤਰਕ ਦੇ ਕੇ ਉਹ ਦੱਸਿਆ ਕਿ ਜਨੇਊ ਕੈਸਾ ਹੋਣਾ ਚਾਹੀਦਾ ਹੈ। ਪਿੱਤਰਾਂ ਨੂੰ ਪਾਣੀ ਦੇਣ ਦਾ ਟਕਾ ਗੁਰੂ ਨਾਨਕ ਪਾਤਸ਼ਾਹ ਨੇ ਬੜੇ ਤਰਕ ਦੇ ਨਾਲ ਇਸ ਦਾ ਖੰਡਨ ਕੀਤਾ। ਕਾਬੇ ਵੱਲ ਪੈਰ ਕਰਕੇ ਸੋਣਾ ਮੱਕੇ ਦੇ ਵਿੱਚ ਜਦੋਂ ਗਏ ਆ, ਉਹਦਾ ਗੁਰੂ ਸਾਹਿਬਾਂ ਨੇ ਉਸ ਪਰੰਪਰਾ ਦਾ ਬੜੇ ਤਰਕ ਦੇ ਨਾਲ ਖੰਡਨ ਕੀਤਾ। ਆਓ ਅੱਜ ਅਸੀਂ ਵੀ ਗੁਰਬਾਣੀ ਦੀ ਤਰਕ ਦੇ ਨਾਲ ਕੁਛ ਪਰੰਪਰਾਵਾਂ ਜੋ ਸਿੱਖਾਂ ਵਿੱਚ ਪਾ ਦਿੱਤੀਆਂ ਗਈਆਂ ਨੇ ਉਹਨਾਂ ਦੇ ਬਾਰੇ ਵਿਚਾਰ ਕਰੀਏ। ਦੋ ਪਰੰਪਰਾ ਮੈਂ ਦੱਸ ਚੁੱਕਾ ਹਾਂ, ਤੀਜੀ ਜਿਹੜੀ ਚੱਲ ਰਹੀ ਹੈ ਜਿਹਦੇ ਬਾਰੇ ਮੈਂ ਖਾਸ ਅੱਜ ਗੱਲ ਕਰਨੀ ਹੈ ਉਹ ਹੈ ਕਿ ਜਦੋਂ ਇੱਕ ਸਿੱਖ
ਦੂਸਰੇ ਸਿੱਖ ਨੂੰ ਮਿਲਦਾ ਹੈ, ਇੱਕ ਸਿੰਘ ਦੂਸਰੇ ਸਿੰਘ ਨੂੰ ਮਿਲਦਾ ਹੈ, ਜਾਂ ਗੁਰਦੁਆਰੇ ਦੀ ਸਟੇਜ ਉੱਪਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਇਹ ਕਹਿਣਾ ਪਰੰਪਰਾ ਹੈ। ਆਓ ਅਸੀਂ ਦੇਖੀਏ ਕਿ ਵਾਹਿਗੁਰੂ ਲਫ਼ਜ਼ ਸਿੱਖਾਂ ਦੇ ਵਾਸਤੇ ਕਿਸੇ ਗੁਰੂ ਸਾਹਿਬਾਂ ਨੇ ਇਸਤੇਮਾਲ ਕੀਤਾ ਹੈ। ਵਾਹਿਗੁਰੂ ਜੀ ਲਫ਼ਜ਼ ਸਿੱਖਾਂ ਵਿੱਚ ਇਸ ਤਰ੍ਹਾਂ ਪੱਕਾ ਕਰ ਦਿੱਤਾ ਗਿਆ ਵਾ, ਖਾਸ ਕਰਕੇ ਰਹਿਤ ਮਰਿਆਦਾ ਦੇ ਥਰੂ, ਕਿ ਅਰਦਾਸ ਦੇ ਵਿੱਚ ਵੀ ਖੰਨੀ ਕਿੰਨੀ ਵਾਰੀ ਵਾਹਿਗੁਰੂ ਲਫ਼ਜ਼ ਇਸਤੇਮਾਲ ਹੁੰਦਾ ਆ। ਅੰਮ੍ਰਿਤ ਸੰਚਾਰ ਵੇਲੇ ਵੀ ਅੱਜ ਪੈਰੇ ਵਾਹਿਗੁਰੂ ਦਾ ਨਾਮ ਹੀ ਜਪਾਉਂਦੇ ਨੇ। ਕੋਈ ਵੀ ਗੱਲ ਕਰਨੀ ਹੈ ਤਾਂ ਕਹਿਣਾ ਵਾਹਿਗੁਰੂ ਦੀ ਕਿਰਪਾ ਹੈ, ਵਾਹਿਗੁਰੂ ਤੇਰਾ ਸ਼ੁਕਰ ਹੈ, ਮਨੋ ਇੱਕ ਛਿੱਕ ਆ ਗਈ ਤਾਂ ਮੂੰਹ 'ਚੋਂ ਆਪਣੇ ਆਪ ਨਿਕਲਦਾ ਉਹ ਵਾਹਿਗੁਰੂ। ਮਤਲਬ ਇਹ ਕਿ ਵਾਹਿਗੁਰੂ ਜਗ੍ਹਾ ਜਗ੍ਹਾ 'ਤੇ ਕਹਿਣਾ ਸਾਡੇ ਵਾਸਤੇ ਸਾਡੇ ਦਿਲੋ ਦਿਮਾਗ ਦੇ ਵਿੱਚ ਪਾ ਦਿੱਤਾ ਗਿਆ ਵਾ, ਜਦਕਿ ਕਿਸੇ ਵੀ ਗੁਰੂ ਨੇ ਗੁਰਬਾਣੀ ਵਿੱਚ ਵਾਹਿਗੁਰੂ ਲਫ਼ਜ਼ ਇਸਤੇਮਾਲ ਨਹੀਂ ਕੀਤਾ। ਜਿਹੜੇ ਵਾਹਿਗੁਰੂ ਦਾ ਲਫ਼ਜ਼ ਇਸਤੇਮਾਲ ਕਰਦੇ ਨੇ ਉਹ ਭਾਈ ਗੁਰਦਾਸ ਜੀ ਦੀ ਵਾਰ 13 ਦੂਜੀ ਪੌੜੀ, ਕਿ ਵਾਹਿਗੁਰੂ ਗੁਰਮੰਤਰ ਹੈ ਜਪ ਹੋਮੇ ਖੋਈ। ਪਰ ਭਾਈ ਗੁਰਦਾਸ ਜੀ ਦੀ ਵਾਰ 27 ਦਸਵੀਂ ਪੌੜੀ, ਤ੍ਰਿਗ ਸਰਵਣ ਉਪਦੇਸ਼ ਵਿਣ ਸੁਣ ਸੁਰਤ ਨਾ ਕਤਰਨੀ, ਤ੍ਰਿਗ ਜਿਹਵਾ ਗੁਰ ਸ਼ਬਦ ਵਿਣ ਹੋਰ ਮੰਤਰ ਸਿਮਰਨੀ। ਉਹ ਕੰਨ ਫਿਟਕਾਰੇ ਹੋਏ ਨੇ, ਤ੍ਰਿਗ ਨੇ, ਜਿਹੜੇ ਗੁਰੂ ਦੇ ਉਪਦੇਸ਼ ਨੂੰ ਨਹੀਂ ਸੁਣਦੇ ਅਤੇ ਉਹ ਧਿਆਨ ਨਹੀਂ ਲਗਾਉਂਦੇ। ਸ਼ਰਾਪੀ ਹੈ ਉਹ ਜੀਵ, ਤ੍ਰਿਗ ਹੈ ਉਹ ਜੀਵ, ਉਹ ਫਿਟਕਾਰੀ ਹੋਈ ਹੈ ਉਹ ਜੀਵ, ਜੋ ਗੁਰੂ ਦੇ ਸ਼ਬਦ ਮਤਲਬ ਕਿ ਗੁਰਬਾਣੀ ਤੋਂ ਇਲਾਵਾ ਹੋਰ ਮੰਤਰਾਂ ਦਾ ਜਾਪ ਕਰਦੀ ਹੈ। ਪਰ ਅਸੀਂ ਇਸ ਵਾਰ ਤੋਂ ਬਾਅਦ ਧਿਆਨ ਨਹੀਂ ਦੇਣਾ, ਅਸੀਂ ਉਸੇ ਵਾਰ ਤੋਂ ਬਾਅਦ ਧਿਆਨ ਦੇਣਾ ਕਿ ਉਹ ਭਾਵੇਂ ਉਹ ਕਿਸੇ ਹੋਰ ਕੰਟੈਕਸਟ ਵਿੱਚ ਕੀਤੀ ਗਈ ਹੋਵੇ। ਅਗਲੀ ਗੱਲ ਕਿ ਸਿੱਖ ਦੇ ਵਾਸਤੇ ਭਾਈ ਗੁਰਦਾਸ ਜੀ ਗੁਰੂ ਨੇ, ਭਾਈ ਗੁਰਦਾਸ ਜੀ ਦੁਆਰਾ ਗੁਰੂ ਨੇ, ਕਿ ਗੁਰੂ ਗ੍ਰੰਥ ਸਾਹਿਬ ਗੁਰੂ ਹੈ, ਇਹ ਧਿਆਨ ਦੇਣ ਦੀ ਜ਼ਰੂਰਤ ਹੈ। ਭਾਈ ਗੁਰਦਾਸ ਜੀ ਦੀਆਂ ਵਾਰਾਂ ਐਜ ਏ ਰੈਫਰੈਂਸ ਇਸਤੇਮਾਲ ਕੀਤੀਆਂ ਜਾ ਸਕਦੀਆਂ ਨੇ, ਪਰ ਉਹ ਸਾਡੇ ਵਾਸਤੇ ਗੁਰੂ ਨਹੀਂ ਹੋ, ਉਹ ਸਾਡੇ ਵਾਸਤੇ ਮੇਨ ਟੈਕਸਟ ਨਹੀਂ ਹੋ। ਸਾਡੇ ਵਾਸਤੇ ਮੇਨ ਟੈਕਸਟ ਗੁਰੂ ਗ੍ਰੰਥ ਸਾਹਿਬ ਹੈ। ਔਰ ਗੁਰੂ ਗ੍ਰੰਥ ਸਾਹਿਬ ਕੀ ਕਹਿ ਰਹੇ ਨੇ 864 ਅੰਕ ਉੱਪਰ, ਗੁਰ ਕੀ ਮੂਰਤ ਮਨ ਮਹਿ ਧਿਆਨ, ਗੁਰ ਕੈ ਸ਼ਬਦ ਮੰਤਰ ਮਨ ਮਾਨ। ਗੁਰ ਦੇ ਸ਼ਬਦ ਦਾ ਮੰਤਰ ਆਪਣੇ ਮਨ ਦੇ ਉੱਤੇ ਧਿਆਨ ਕਰ। 1044 ਅੰਕ ਉੱਪਰ ਗੁਰੂ ਬਖਸ਼ਿਸ਼ ਕਰਦੇ ਨੇ ਕਿ ਮੂਲ ਮੰਤਰ ਹਰ ਨਾਮ ਰਸਾਇਣ, ਕਹੋ ਨਾਨਕ ਪੂਰਾ ਪਾਇਆ। ਮੂਲ ਮੰਤਰ ਕੀ ਹੈ? ਹਰ ਨਾਮ, ਰੱਬੀ ਗੁਣ। 274 ਅੰਕ ਉੱਪਰ ਗੁਰੂ ਫਿਰ ਬਖਸ਼ਿਸ਼ ਕਰਦੇ ਨੇ, ਬੀਜ ਮੰਤਰ ਸਰਬ ਕੋ ਗਿਆਨ। ਇਹ ਬੀਜ ਮੰਤਰ ਹੈ, ਇਹ ਸਾਡੇ ਵਾਸਤੇ ਮੰਤਰ ਹੈ ਕਿ ਸਰਬ ਹੱਬ ਨੂੰ ਗਿਆਨ ਦੇਣਾ। ਪਰ ਅਸੀਂ ਇਸ ਦੇ ਵੱਲ ਧਿਆਨ ਨਹੀਂ ਦੇਣਾ, ਕਿਉਂਕਿ ਸਾਡੇ ਦਿਲੋ ਦਿਮਾਗ ਦੇ ਵਿੱਚ ਇੱਕ ਵਾਹਿਗੁਰੂ ਲੋਕ ਪਾ ਦਿੱਤਾ ਗਿਆ ਹੈ, ਔਰ ਅਸੀਂ ਉਹਦੇ ਪਿੱਛੇ ਹੀ ਲੱਗੇ ਰਹਿਣਾ ਹੈ ਕਿ ਸਾਡੀ ਇਹ ਪਰੰਪਰਾ ਹੈ। ਹੋਰ ਜਿਹੜੇ ਵਾਹਿਗੁਰੂ ਦਾ ਲਫ਼ਜ਼ ਇਸਦਾ ਇਸਤੇਮਾਲ ਕਰਦੇ ਨੇ, ਉਹ ਕਹਿੰਦੇ ਨੇ ਕਿ 1402 ਅੰਕਰ ਉੱਪਰ
ਮੈਂ ਸ਼ਬਦ ਪੂਰਾ ਨਹੀਂ ਪੜ੍ਹਾਂਗਾ, ਫਿਰ ਟਾਈਮ ਬਹੁਤ ਲੱਗ ਜਾਏਗਾ। ਵਾਹਿਗੁਰੂ 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 ਵਾਹ ਜੀਓ, ਕਵਲ ਨੈਣ ਮਧੁਰ ਬੈਨ ਕੋਟ ਸਨ ਸੈਨ ਸੰਗ ਸੋ ਕਹਿਤ ਮਾਜ ਸੋਦ ਜਿਸੇ ਦਹੀਂ ਪਾਤ ਖਾਏ ਜੀਓ। ਇਹਦੇ ਇਹ ਜਿਹੜਾ ਸੋਈਏ ਨੇ ਇਹ ਭੱਟ ਗਾਏ ਜਾਂਦੇ ਨੇ, ਗੁਰੂ ਰਾਮਦਾਸ ਜੀ ਦੀ ਉਸਤਤ ਵਿੱਚ ਗਾਏ ਨੇ ਕਿ ਹੇ ਗੁਰੂ ਰਾਮਦਾਸ ਜੀ, ਤੁਸੀਂ ਹੀ ਕਮਲ ਨੈਣ ਵਾਲੇ, ਮਿੱਠੇ ਬੋਲ ਵਾਲੇ, ਸੈਨ ਸੰਗ ਲੱਖਾਂ ਸਾਥੀਆਂ ਵਾਲੇ ਅਤੇ ਉੱਚੇ ਸੋਭੇ ਵਾਲੇ ਹੋ। ਮਾਤਾ ਯਸ਼ੋਦਾ ਨੇ ਤੁਹਾਨੂੰ ਹੀ ਦਹੀਂ ਪਾਤ ਖਾਣ ਲਈ ਕ੍ਰਿਸ਼ਨ ਦੇ ਰੂਪ ਵਿੱਚ ਬੁਲਾਇਆ। ਤੇਰੇ ਪਰਮ ਸੁੰਦਰ ਸਰੂਪ ਨੂੰ ਵੇਖ ਕੇ ਅਤੇ ਤੇਰੇ ਚਾਂਦੀ ਦੀਆਂ ਘੰਟੀਆਂ ਦੀ ਗੂੰਜ ਸੁਣ ਕੇ ਉਹ ਆਨੰਦ ਨਾਲ ਮਸਤ ਹੋ ਜਾਂਦੀ ਸੀਗੀ। ਮੌਤ ਦੀ ਕਲਮ ਅਤੇ ਹੁਕਮ ਤੇਰੇ ਹੱਥ ਵਿੱਚ ਹੀ ਹਨ, ਦੱਸੋ ਇਹ ਕੌਣ ਮਿਟਾ ਸਕਦਾ ਹੈ? ਸ਼ਿਵ ਅਤੇ ਬ੍ਰਹਮਾ, ਤੁਹਾਡੀ ਅਧਿਆਤਮਿਕ ਬੁੱਧੀ ਨੂੰ ਆਪਣੇ ਦਿਲਾਂ ਵਿੱਚ ਟਿਕਾਉਣ ਲਈ ਤਰਸਦੇ ਹਨ। ਤੂੰ ਸਦਾ ਲਈ ਸੱਚਾ ਹੈ, ਉਤਮਤਾ ਦਾ ਘਰ ਹੈ, ਪਰਮ ਪੁਰਖ ਹੈ। ਵਾਹਿਗੁਰੂ 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 ਵਾਹ ਜੀਓ। ਇਹ ਸਾਰੇ ਲਫਜ਼ ਭੱਟ ਗਾਏ ਜਾਂਦੇ ਨੇ, ਗੁਰੂ ਰਾਮਦਾਸ ਜੀ ਦੀ ਉਸਤਤ ਵਿੱਚ ਗਾਏ ਨੇ, ਰੱਬ ਦੀ ਉਸਤਤ ਵਿੱਚ ਨਹੀਂ। ਅਗਲਾ ਜਿਹੜਾ ਸੋਈਆ ਹੈ 1403 ਅੰਕਰ ਉੱਪਰ, ਸੇਵਕ ਕਹਿ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ, ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨਾ ਸਕੈ ਕੋ ਤੂੰ ਕਤਕਾ। ਮੈਂ ਪੂਰਾ ਨਹੀਂ ਪੜ੍ਹਾਂਗਾ, ਫਿਰ ਟਾਈਮ ਜ਼ਿਆਦਾ ਲੱਗ ਜਾਏਗਾ। ਇਹਦੇ ਵਿੱਚ ਵੀ ਭੱਟ ਗਾਏ ਜਾਂਦੇ ਨੇ, ਗੁਰੂ ਰਾਮਦਾਸ ਜੀ ਉਸ ਦੇ ਵਿੱਚ ਹੀ ਸੋਈਏ ਗਾਏ ਨੇ। ਉਹਨਾਂ ਨੇ ਕਿਹਾ ਕਿ ਤੁਸੀਂ ਬਹੁਤ ਮਹਾਨ ਹੋ, ਇਹ ਤੇਰੀ ਮਿਹਰ ਹੈ ਕਿ ਤੂੰ ਆਪਣੇ ਸੇਵਕਾਂ ਨੂੰ ਆਪਣੇ ਭਗਤਾਂ ਦੇ ਮਨ ਵਿੱਚ ਪ੍ਰਗਟ ਹੁੰਦਾ ਹੈ, ਤੂੰ ਨਿਰੰਕਾਰ ਹੈ। ਇੱਥੇ ਭਗਤ ਗਾਏ ਜਾਂਦੇ ਜੀ ਨੇ ਗੁਰੂ ਰਾਮਦਾਸ ਜੀ ਨੂੰ ਨਿਰੰਕਾਰ ਆਖਿਆ ਹੈ, ਔਰ ਭੱਟਾ ਨੇ ਗੁਰੂ ਨਾਨਕ ਨੂੰ ਵੀ ਨਿਰੰਕਾਰ ਆਖਿਆ ਹੈ। ਤੂੰ ਨਿਰੰਕਾਰ ਹੈ, ਸਦਾ ਮੌਜੂਦ ਹੈ, ਕਦੇ ਕੋਈ ਨਹੀਂ ਦੱਸ ਸਕਦਾ ਕਿ ਤੂੰ ਕਿਵੇਂ ਹੋਂਦ ਵਿੱਚ ਆਇਆ ਹਾਂ। ਤੂੰ ਅਣਗਿਣਿਤ ਬ੍ਰਹਮਾ ਅਤੇ ਵਿਸ਼ਨੂੰ ਪੈਦਾ ਕੀਤੇ, ਪਰ ਉਹਨਾਂ ਦੇ ਮਨ ਵਿੱਚ ਮੋਹ ਮਾਇਆ ਨਾਲ ਮਸਤ ਹੋ ਗਏ। ਤੂੰ 84 ਲੱਖ ਜੀਵਾਂ ਨੂੰ, ਵੈਸੇ ਅਣਗਿਣਿਤ ਜੀਵਾਂ ਨੇ ਇੱਥੇ 84 ਲੱਖ ਉਹਨਾਂ ਨੇ ਕਿਹਾ ਹੈ, ਰਚਿਆ ਹੈ, ਅਤੇ ਉਹਨਾਂ ਦਾ ਪਾਲਣ ਪੋਸ਼ਣ ਕਰਦਾ ਹੈ। ਵਾਹਿਗੁਰੂ, ਇਹ ਤੇਰੀ ਬਖਸ਼ਿਸ਼ ਹੈ ਕਿ ਤੂੰ ਆਪਣੇ ਸੇਵਕਾਂ ਨੂੰ ਆਪਣੇ ਭਗਤਾਂ ਦੇ ਹਿਰਦੇ ਵਿੱਚ ਸਦਾ ਲਈ ਟਿਕਿਆ ਹੋਇਆ ਹੈ। ਇਹ ਸਾਰੇ ਜਿਹੜੇ ਸਵੱਈਏ ਨੇ ਗੁਰੂ ਰਾਮਦਾਸ ਜੀ ਉਸ ਵਿੱਚ ਹੈ, ਜਿਹਦੇ ਵਿੱਚ ਉਹਨਾਂ ਨੇ ਗੁਰੂ ਰਾਮਦਾਸ ਜੀ ਨੂੰ ਰੱਬ ਦੇ ਨਾਲ, ਨਿਰੰਕਾਰ ਦੇ ਨਾਲ ਉਹਨਾਂ ਦੇ ਬਰਾਬਰ ਦਾ ਦੱਸਿਆ ਹੈ। ਔਰ ਇਹ ਪਹਿਲੀ ਵਾਰੀ ਨਹੀਂ ਕਿ ਗੁਰੂਆਂ ਨੂੰ ਨਿਰੰਕਾਰ ਦੇ ਬਰਾਬਰ ਦੱਸਿਆ ਹੈ। 53 ਅੰਕਾਂ ਉੱਪਰ ਗੁਰੂ ਬਖਸ਼ਿਸ਼ ਕਰਦੇ ਨੇ ਕਿ ਗੁਰ ਪਰਮੇਸ਼ਰ ਏਕ ਹੈ, ਸਭ ਮੈਂ ਰਿਹਾ ਸਮਾਏ, ਗੁਰੂ ਔਰ ਪਰਮੇਸ਼ਰ ਇੱਕੋ ਹੀ ਹੈ। 387 ਅੰਕਰ ਉੱਪਰ, ਗੁਰ ਪਾਰ ਬ੍ਰਹਮ ਪਰਮੇਸ਼ਰ ਆਪ, ਗੁਰੂ ਆਪ ਹੀ ਪਾਰ ਬ੍ਰਹਮ ਹੈ, ਆਪ ਹੀ ਪਰਮੇਸ਼ਰ ਹੈ। 864 ਅੰਕਰ ਉੱਪਰ, ਗੁਰ ਪਰਮੇਸ਼ਰ ਏਕੋ ਜਾਣ। ਅਤੇ ਇੱਥੇ ਵੀ ਭੱਟ ਗਾਏ ਜਾਂਦੇ ਨੇ ਗੁਰੂ ਰਾਮਦਾਸ ਜੀ ਦੀ ਉਸਤਤ ਗਾਉਂਦੇ ਹੋਏ, ਉਹਨਾਂ ਨੂੰ ਨਿਰੰਕਾਰ ਦੇ ਬਰਾਬਰ ਦੱਸਿਆ ਹੈ। ਪਰ ਇਹ ਜਿਹੜੇ ਸੋਈਏ ਨੇ ਇਹ ਰੱਬ ਦੇ ਵਾਸਤੇ ਨਹੀਂ,
ਗੁਰੂ ਰਾਮਦਾਸ ਜੀ ਦੀ ਉਸ ਸਥਿਤੀ ਦੇ ਵਾਸਤੇ ਹਨ। ਮੈਂ ਫਿਰ ਦੁਬਾਰਾ ਦੱਸਦੀ ਹਾਂ, ਇੱਕ ਜਿਹੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਬਾਰੇ ਸਾਨੂੰ ਦੱਸਿਆ ਜਾਂਦਾ ਹੈ ਉਹ ਹੈ ਭਾਈ ਦੇਸਾ ਸਿੰਘ ਜੀ ਦਾ ਰਹਿਤਨਾਮਾ। ਉਹਦੇ ਵਿੱਚ ਲਿਖਿਆ ਹੈ ਕਿ ਆ ਗਏ ਆਵਤ ਸਿੰਘ ਜੋ ਪਾਵੈ ਵਾਹਿਗੁਰੂ ਕੀ ਫਤਿਹ ਬੁਲਾਵੈ। ਇਹਦੇ ਨਾਲ ਜਿਹੜਾ ਇਹਦੀ ਜਿਹੜੀ ਵਿਆਖਿਆ ਦੱਸੀ ਗਈ ਹੈ ਉਹ ਹੈ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇਹ ਗੱਲ ਕਹੀ ਕਿ ਮੇਰਾ ਚਿਹਰਾ ਉਸ ਵਿਅਕਤੀ ਵੱਲ ਹੋਵੇਗਾ ਜੋ ਪਹਿਲਾਂ ਇਹ ਫਤਿਹ ਬੁਲਾਵੇਗਾ, ਮੇਰੀ ਪਿੱਠ ਉਸ ਵਿਅਕਤੀ ਵੱਲ ਹੋਵੇਗੀ ਜੋ ਬਾਅਦ ਵਿੱਚ ਇਹ ਫਤਿਹ ਬੁਲਾਵੇਗਾ, ਅਤੇ ਮੈਂ ਦੋਨਾਂ ਦੇ ਵਿੱਚ ਰਹਾਂਗਾ ਜੇਕਰ ਦੋਨੋਂ ਇਕੱਠੇ ਫਤਿਹ ਬੁਲਾਉਣਗੇ। ਕਿੰਨੀ ਹਾਸੀ ਹੋਣੀ ਦੀ ਗੱਲ ਹੈ ਸੱਚ ਦੇਖਿਆ ਜਾਏ ਤਾਂ। ਇੱਥੇ ਗੁਰੂ ਗੋਬਿੰਦ ਸਿੰਘ ਜੀ ਦੀ ਵਿਅਕਤੀਗਤ ਨੂੰ ਮਹੱਤਤਾ ਦਿੱਤੀ ਗਈ ਹੈ, ਜਦਕਿ ਗੁਰੂ ਕਹਿੰਦੇ ਨੇ ਕਿ ਡਿੱਠੇ ਮੁਕਤ ਨਾ ਹੋਵਈ ਜਿਚਰ ਸ਼ਬਦ ਨਾ ਕਰੇ ਵਿਚਾਰ। ਗੁਰੂ ਨੂੰ ਦੇਖ ਕੇ, ਗੁਰੂ ਦੀ ਸ਼ਖਸੀਅਤ ਨੂੰ, ਗੁਰੂ ਦੇ ਸਰੀਰ ਨੂੰ ਦੇਖ ਕੇ ਮੁਕਤ ਨਹੀਂ ਹੋਣਾ ਜਦ ਤੱਕ ਗੁਰੂ ਦੇ ਸ਼ਬਦ ਦੀ ਵਿਚਾਰ ਨਹੀਂ ਕਰੋਗੇ। ਪਰ ਇਹਦੇ ਮੁਤਾਬਕ ਅਸੀਂ ਗੁਰੂ ਗੋਬਿੰਦ ਸਿੰਘ ਦੀ ਵਿਅਕਤੀਗਤ ਨੂੰ ਮਹੱਤਤਾ ਦੇ ਰਹੇ ਹਾਂ। ਜਾਰੀ ਹੈ ਨਾ ਇਹ ਗੁਰੂ ਗ੍ਰੰਥ ਸਾਹਿਬ ਸ਼ਬਦ ਗੁਰੂ ਦੇ ਖਿਲਾਫ ਗੱਲ। ਸਿੱਖ ਦੇ ਵਾਸਤੇ ਤਾਂ ਸ਼ਬਦ ਗੁਰੂ ਸੁਰਤ ਧੁਨ ਚੇਲਾ ਹੈ, ਸਿੱਖ ਦੇ ਵਾਸਤੇ ਤਾਂ ਏਕਾ ਬਾਣੀ ਇੱਕ ਗੁਰੂ, ਏਕਾ ਬਾਣੀ ਇੱਕ ਗੁਰ, ਇੱਕੋ ਸ਼ਬਦ ਵਿਚਾਰ ਹੈ। ਸਿੱਖ ਦੇ ਵਾਸਤੇ ਤਾਂ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰ ਹੈ। ਗੁਰਬਾਣੀ ਕਾ ਹੈ ਸਿਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰ ਹੈ। ਤਾਂ ਫਿਰ ਇਹ ਗੁਰੂ ਦਾ ਸਰੀਰ ਕਿੱਥੋਂ ਵਿੱਚ ਆ ਗਿਆ? ਇਹਦਾ ਮਤਲਬ ਕਿ ਇਹ ਜਿਹੜਾ ਸਾਨੂੰ ਦੱਸਿਆ ਜਾਂਦਾ ਰਹਿਤਨਾਮਾ, ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਤਾਬਕ, ਗੁਰਮਤ ਦੇ ਮੁਤਾਬਕ, ਗੁਰਬਾਣੀ ਦੇ ਮੁਤਾਬਕ ਠੀਕ ਨਹੀਂ ਹੈ। ਇਹ ਸਾਨੂੰ ਪਰੰਪਰਾ ਨੂੰ ਬਦਲਣਾ ਪਵੇਗਾ। ਤਾਂ ਜੇ ਇਹ ਪਰੰਪਰਾ ਨੂੰ ਬਦਲਣਾ ਪਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿਣ ਨੂੰ, ਤਾਂ ਫਿਰ ਕੀ ਕਹੇ ਜਦੋਂ ਇੱਕ ਸਿੰਘ ਦੂਸਰੇ ਸਿੰਘ ਨੂੰ ਮਿਲੇ। 1038 ਅੰਕ ਉੱਪਰ ਗੁਰੂ ਬਖਸ਼ਿਸ਼ ਕਰਦੇ ਨੇ, ਤੂੰ ਅਕਾਲ ਪੁਰਖ ਨਾਹੀਂ ਸਿਰ ਕਾਲਾ, ਤੂੰ ਪੁਰਖ ਅਲੇਖ ਅਗਮ ਨਿਰਾਲਾ, ਸਤ ਸੰਤੋਖ ਸ਼ਬਦ ਅਤ ਸੀਤਲ ਸਹਿਜ ਪਾਏ ਲਿਵਲਾਇਆ। ਤੂੰ ਅਕਾਲ ਪੁਰਖ ਸਦੀਵੀ ਆਦਿ ਪੁਰਖ ਹੈ, ਸਮੇਂ ਦਾ ਤੁਹਾਡੇ ਉੱਤੇ ਕੋਈ ਅਸਰ ਨਹੀਂ ਹੁੰਦਾ, ਤੁਸੀਂ ਸਾਰੀ ਸ੍ਰਿਸ਼ਟੀ ਵਿੱਚ ਵਿਸਤ੍ਰਿਤ ਅਤੇ ਵਿਆਪਕ ਹੋ, ਤੁਸੀਂ ਅਲੇਖ ਬਿਆਨ ਤੋਂ ਪਰੇ ਹੋ, ਨਿਰਲੇਪ ਹੋ, ਆਦਿ ਪੁਰਖ ਹੋ, ਪੂਰਨ ਮਾਨਸਿਕ ਅਤੇ ਅਧਿਆਤਮਕ ਸੰਤੁਸ਼ਟੀ ਵਿੱਚ ਸੱਚਾਈ ਅਤੇ ਸੰਤੋਖ ਵਰਗੇ ਤੁਹਾਡੇ ਗੁਣਾਂ ਅਨੁਸਾਰ ਜੀਵਨ ਬਤੀਤ ਕਰਨ ਵਾਲੇ ਲੋਕ ਸ਼ਾਂਤੀ ਅਤੇ ਉੱਚੀ ਚੇਤਨਾ ਦੀ ਅਵਸਥਾ ਪ੍ਰਾਪਤ ਕਰਦੇ ਹਨ। ਔਰ ਅਕਾਲ ਔਰ ਪੁਰਖ ਜਿਹੜਾ ਓਪਨਿੰਗ ਵਰਸ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਜਿਹਨੂੰ ਅਸੀਂ ਮੂਲ ਮੰਤਰ ਵੀ ਕਹਿੰਦੇ ਹਾਂ, ਉਹਦੇ ਵਿੱਚ ਵੀ ਆਇਆ ਹੈ ਅਕਾਲ ਪੁਰਖ। ਅਤੇ ਜੇ ਅਸੀਂ ਅਕਾਲ ਉਸਤਤ ਨੂੰ ਦੇਖੀਏ ਤਾਂ ਉਹਦੇ ਵਿੱਚ ਲਿਖਿਆ ਹੈ ਕਿ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਇੱਥੇ ਇਹ ਨਹੀਂ ਲਿਖਿਆ ਕਿ ਖਾਲਸਾ ਵਾਹਿਗੁਰੂ ਕੀ ਫੌਜ, ਪ੍ਰਗਟਿਓ ਖਾਲਸਾ ਵਾਹਿਗੁਰੂ ਕੀ ਮੌਜ, ਇੱਥੇ ਅਕਾਲ ਪੁਰਖ ਕੀ ਫੌਜ ਲਿਖਿਆ ਹੈ।
ਤੇ ਕਿਉਂ ਨਾ ਅਸੀਂ ਇਸ ਪਰੰਪਰਾ ਨੂੰ ਛੱਡ ਕੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀ ਪਰੰਪਰਾ ਨੂੰ ਛੱਡ ਕੇ ਅਕਾਲ ਪੁਰਖ ਜੀ ਕਾ ਖਾਲਸਾ ਅਕਾਲ ਪੁਰਖ ਜੀ ਕੀ ਫਤਿਹ ਕਿਉਂ ਨਾ ਗਜਾਈਏ। ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਇਸ ਜਿਹੜੇ ਵਿਚਾਰ ਨੇ ਇਹ ਪਰੰਪਰਾਵਾਂ ਦੇ ਉਲਟ, ਇਮੋਸ਼ਨਲ ਨਾ ਹੋਣਾ, ਭਾਵੁਕ ਨਹੀਂ ਹੋਣਾ, ਗੁਰਬਾਣੀ ਨੂੰ ਆਧਾਰ ਰੱਖ ਕੇ ਇਹਦੇ ਉੱਪਰ ਜ਼ਰੂਰ ਆਪਣੇ ਕਮੈਂਟਸ ਲਿਖਣਾ। ਔਰ ਮੈਂ ਵੀ ਤੁਹਾਡੇ ਕੋਲ ਕੁਛ ਸਿੱਖਾਂਗਾ ਔਰ ਸਾਰੇ ਸਭ ਜਿਹੜੇ ਆਡੀਅੰਸ ਜੀ ਨੇ ਉਹਨਾਂ ਸਾਰੇ ਨੂੰ ਵੀ ਕੁਛ ਸਿੱਖਣ ਨੂੰ ਮਿਲੇਗਾ। ਇਹਦੇ ਨਾਲ ਮੈਂ ਆਪ ਤੋਂ ਮਾਫ਼ੀ ਮੰਗਦਾ ਹਾਂ ਜੇ ਮੈਂ ਕਿਸੇ ਦਾ ਦਿਲ ਦੁਖਾਇਆ ਹੋਵੇ। ਆਓ ਬੁਲਾਈਏ ਅਕਾਲ ਪੁਰਖ ਜੀ ਕਾ ਖਾਲਸਾ ਅਕਾਲ ਪੁਰਖ ਜੀ ਕੀ ਫਤਿਹ।